ਭੋਗ ਕੇ ਕਹਿੰਦਾ ਹੁੰਦਾ ਮੈਂ ਸਟੇਜਾਂ 'ਤੇ ਗੱਲਾਂ ਕਿ ਜੇ ਸ਼ਿਵਲਿੰਗ 'ਤੇ ਦੁੱਧ ਚੜ੍ਹਾਉਣਾ ਸ਼ੰਕਰ ਮਿਲ ਜਾਏ ਤਾਂ ਮੈਂ ਆਹ ਬਣਾ ਦੂੰ, ਜੇ ਸ਼ਨੀ ਨੂੰ ਤੇਲ ਦੇ ਇੰਨਾ ਕੁਛ ਬਣਦਾ ਹੋਵੇ, ਜੇ ਇਕੱਲੀਆਂ ਲੜੀਆਂ ਕੋਤਰੀਆਂ ਚਲਾਉਣਾ ਪਿੰਡਾਂ 'ਚ ਰੱਬ ਮਿਲਦਾ ਹੋਵੇ, ਮਨ ਨੂੰ ਸ਼ਾਂਤੀ ਆਉਂਦੀ ਹੋਵੇ, ਤਾਂ ਮੈਂ ਜ਼ਿੰਮੇਵਾਰ ਹੈ। ਲਿਖ ਕੇ ਦਿੰਦਾ ਮੈਂ ਇੱਕ ਇੱਕ ਪਿੰਡ 'ਚ ਪੰਜ ਪੰਜ ਗੁਰਦੁਆਰੇ ਲਾਉਣ ਨਾਲ, ਪੰਜੇ ਪੰਜੇ ਸਪੀਕਰ ਚੱਲਣ ਨਾਲ ਜੇ ਪਿੰਡਾਂ 'ਚ ਸੁਧਾਰ ਹੋ ਜਾਏ, ਮੈਂ ਇੱਥੋਂ ਲਿਖ ਕੇ ਲੈ ਲਓ। ਨਹੀਂ ਆਉਣਾ, ਨਹੀਂ ਆਉਣਾ, ਉਹ ਕਹਾਣੀ ਹੋਰ ਆ ਬਾਬਾ। ਉਹ ਤਾਂ ਪਹਿਲਾਂ ਕਹਿੰਦਾ ਸਪੀਕਰ ਇੱਕ ਲਾ, ਮੈਨੂੰ ਉਸ ਗੱਲ ਦਾ ਜਵਾਬ ਦੇ ਕਿ ਪਿੰਡ 'ਚ ਪੰਜ ਗੁਰਦੁਆਰੇ ਕਿਉਂ ਹੈ, ਕਿਉਂਕਿ ਪੰਜਾਂ 'ਚ ਉੱਥੇ ਜਿਹੜਾ ਬਾਬਾ ਬੈਠਾ ਨਾ, ਉਹਦੇ 'ਚ ਲਿਖਿਆ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ ਵੋ। ਤਾਂ ਫਿਰ ਭਾਈ ਇੱਕ ਜੱਟਾਂ ਦਾ ਗੁਰਦੁਆਰਾ ਹੈ, ਇੱਕ ਮਜ਼੍ਹਬੀ ਸਿੱਖਾਂ ਦਾ, ਇੱਕ ਚਮਿਆਰਾਂ ਦਾ, ਇੱਕ ਇਤਿਹਾਸਕ ਹੈ, ਇਹ ਕੀ ਡਰਾਮਾ ਹੈ, ਇਹ ਡਰਾਮਾ ਕੀ ਹੈ। ਉਹ ਤਾਂ ਕਹਿੰਦਾ ਬੰਦੇ ਦੀ ਜਾਤ ਇੱਕ ਹੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇੱਥੇ ਕੀ ਚੱਕਰ ਪੈ ਗਿਆ ਭਾਈ, ਤਾਂ ਕੀ ਗੱਲ ਹੁਣ ਅਸੀਂ ਢਾ ਦਈਏ ਇਹਨਾਂ ਨੂੰ। ਸਾਡੇ ਕੋਲ ਜਵਾਬ ਨਹੀਂ ਆ ਬਾਬਾ, ਵਿਚਾਰਾਂ ਹੋਣ ਇਸ ਤਰ੍ਹਾਂ ਦੀਆਂ ਕਰੜੀਆਂ, ਵਿਚਾਰਾਂ ਹੋਣ ਉੱਥੇ ਉੱਥੇ ਸਵਾਲ ਜਵਾਬ ਹੋਣ, ਪਰ ਉਹ ਵਿਚਾਰਾ ਕਰੂਗਾ ਕੌਣ, ਕਿਉਂਕਿ ਗੋਲਕਾਂ ਨੇ ਸਾਡਾ ਮੈਂਟਲ ਸਾਡਾ ਪੋਲਿਊਟਡ ਕਰਤਾ ਹੈ, ਇਹਨੂੰ ਖਾ ਗਿਆ ਗੋਲਕ, ਮਾਇਆ ਨੇ ਅੰਨੇ ਕਰਤੇ, ਇਕੱਲੇ ਟਰੱਸਟਾਂ ਜੋਗੇ ਰਹਿ ਗਏ ਧਾਰਮਿਕ ਸਥਾਨ, ਇਕੱਲੀ ਮਾਇਆ ਦੀ ਖੇਡ ਹੈ। ਜੇ ਕੋਈ ਰੱਬ ਦਾ ਪਿਆਰਾ ਬੈਠਾ ਹੋਵੇ ਜਿਹੜਾ ਕਵੇ ਭਾਈ ਉਹੀ ਆਇਓ ਜਿਨ੍ਹਾਂ ਨੇ ਜਪਣਾ ਹੈ, ਇੱਥੇ ਪ੍ਰਧਾਨਗੀਆਂ ਨਹੀਂ ਮਿਲਣੀਆਂ, ਇੱਥੇ ਸਰੋਪੇ ਨਹੀਂ ਮਿਲਣਗੇ, ਇੱਥੇ ਅਹੁਦੇ ਨਹੀਂ ਮਿਲਣਗੇ, ਸੇਵਾ ਕਰਨੀ ਆਓ, ਨਹੀਂ ਨਾ ਆਇਓ ਕੋਈ ਨਹੀਂ ਆਊਗਾ, ਕੋਈ ਨਹੀਂ ਆਊਗਾ। ਤਾਂ ਜੇ ਕਿਤੇ ਇਹੋ ਜਿਹੇ ਆਪਾਂ ਬਣ ਕੇ ਗੁਰੂ ਘਰਾਂ 'ਚ ਜਾਈਏ ਨਾ ਜੀ, ਤਾਂ ਫਿਰ ਘਟਨਾਵਾਂ ਘਟਣਗੀਆਂ, ਫਿਰ ਹੋ ਨਹੀਂ ਸਕਦਾ ਕਿ ਗੁਰੂ ਸਾਡੇ ਨਾਲ ਨਾਰਾਜ਼ ਹੋ ਜਾਏ। ਹੁਣ ਤਾਂ ਪਿੱਠ ਕਰੀ ਬੈਠਾ ਹੋ, ਅਸੀਂ ਅੱਖਾਂ 'ਤੇ ਪੱਟੀਆਂ ਬੰਨ ਕੇ ਕਹਿ ਰਹੇ ਹਾਂ ਕਿ ਬਾਬੇ ਦਾ ਮੇਰੇ ਬੰਨੀ ਮੁੱਖ ਹੈ, ਮੁੱਖ ਨਹੀਂ ਹੈ, ਹੁਣ ਤਾਂ ਪਿੱਠ ਕਰੀ ਬੈਠਾ, ਨਹੀਂ ਤਾਂ ਪੰਜਾਬ ਦੇ ਹਾਲ ਹੋਣੇ ਨਹੀਂ ਸੀ। ਅੱਜ ਕੱਲ੍ਹ ਮੇਰੇ ਵਰਗਾ ਦੁੱਖੀ ਦਾ ਬੰਦਾ ਹੁੰਦਾ ਚੜ੍ਹ ਕੇ ਸਟੇਜ 'ਤੇ ਕਹਿ ਦਿੰਦਾ ਪੰਜਾਬ 'ਚ ਛੇਵਾਂ ਦਰਿਆ ਵਗ ਪਿਆ, ਵਗਣਾ ਹੀ ਹੈ, ਸੱਤਵਾਂ ਵੀ ਵਗੂਗਾ, ਇੱਥੇ ਛੇ ਨਹੀਂ ਇੱਥੇ ਸੱਤਵਾਂ ਵੀ ਵਗੂਗਾ, ਇੱਥੇ ਦਰਿਆ ਹੀ ਦਰਿਆ ਵਗਣਗੇ, ਕਿਉਂਕਿ ਅਸੀਂ ਕੰਮ ਕਿਹੜਾ ਕੀਤਾ ਬਾਬਾ ਜਿਹੜਾ ਉਹਨੇ ਕਿਹਾ ਸਾਨੂੰ, ਅਸੀਂ ਕੰਮ ਕਿਹੜਾ ਕੀਤਾ, ਅਸੀਂ ਤਾਂ ਲੰਗਰ ਵੀ ਲਾਉਣੇ ਆ, ਰੋਡਾਂ 'ਤੇ ਐਡੇ ਐਡੇ ਟਾਇਰ ਸੁੱਟ ਲੈਂਦੇ ਹਾਂ ਕਿ ਆਓ ਭਾਈ ਇਹਦੇ 'ਚ ਵੱਜੋ, ਐਕਸੀਡੈਂਟ ਕਰਾਓ, ਫਿਰ ਚੱਕ ਕੇ ਵੀ ਅਸੀਂ ਲੈ ਜਾਂਗੇ। ਉਹ ਬਾਤ ਉੱਥੇ ਦੇਖ ਗਿਆ ਨਾ ਕੋਈ 20 ਰੁਪਏ, ਬੱਲੇ ਬਾਬਾ ਤੇਰੇ ਉਹ ਤੇਰੇ 20-20 ਮੁੱਕਦੇ ਨਾ, ਅੱਗ ਲੱਗੀ ਸੀ ਅੰਦਰ, ਪਿਓ ਨੇ ਸੱਚਾ ਸੌਦਾ ਕਰਨ ਭੇਜਿਆ ਸੀ ਪਰ ਭੁੱਖੇ ਸਾਧੂ ਮਿਲ ਗਏ, ਉਹ ਕਹਿੰਦਾ ਇਦੂ ਸੱਚਾ ਸੌਦਾ ਹੋਰ ਕਿਹੜਾ ਹੈ, ਖਵਾਤਾ। ਔਰ ਇੱਥੇ ਮੇਰੇ ਵਰਗਾ ਮਾਤੜ ਪਹਿਲਾਂ ਸਾਰੇ ਪਿੰਡ ਦੀਆਂ ਪਰਚੀਆਂ ਕੱਟਦਾ ਕਿ ਲਿਆਓ ਜੀ ਲੰਗਰ ਲਾਉਣਾ 500-1000, ਉਹ ਤੇਰਾ ਮੁੰਡਾ ਤਾਂ ਕਮਰ ਕਰੇ ਵਾਲਾ ਬੇਅੰਤ ਸਿਆ, ਤੂੰ ਤਾਂ 5-6 ਹਜ਼ਾਰ ਦੀ ਕਟਾ, ਆਹ ਕੁਛ ਹੈ ਬਾਬਾ। ਔਰ ਅਸੀਂ ਉਹਨਾਂ ਨੂੰ ਰਜਾਉਂਦੇ ਹਾਂ ਫਿਰ ਜਿਹੜੇ ਆਲਰੇਡੀ 20-25-25 ਲੱਖ ਦੀਆਂ ਕਾਰਾਂ 'ਚੋਂ ਲੰਘਦੇ ਆ, ਜਾ ਉਹਨਾਂ ਝੁੱਗੀਆਂ 'ਚ, ਜਾ ਉਹਨਾਂ ਫੁੱਟਪਾਥਾਂ 'ਤੇ ਜਿੱਥੇ ਰੋਜ਼ ਭੁੱਖੇ ਪਏ ਹੈ, ਰੱਜਿਆਂ ਨੂੰ ਰਜਾਉਣ ਲੱਗੀ ਪਈ ਆ ਦੁਨੀਆ ਬਾਬਾ। ਤਾਂ ਮਨ ਭਰਿਆ ਵਿਆ ਬਹੁਤ ਕੁਛ ਬੋਲ ਦਿੰਦਾ ਕਈ ਵਾਰੀ, ਮਾਫ਼ ਕਰਿਓ ਜੇ ਕੁਛ ਇਸ ਤਰ੍ਹਾਂ ਦਾ ਬੋਲਿਆ ਜਾਵੇ, ਪਰ ਇਹ ਸੱਚੀਆਂ ਬਾਬਾ, ਇਹ ਸੱਚੀਆਂ, ਇਹਨਾਂ 'ਤੇ ਪੈਰਾ ਦੇਣਾ ਪਊਗਾ, ਜੇ ਦੇ ਲਾਂਗੇ ਤਾਂ ਗੁਰੂ ਦੇ ਸਿੱਖੋ ਬਚ ਜਾਂਗੇ, ਨਹੀਂ ਤਾਂ ਭਾਈ ਬਰਬਾਦੀਆਂ ਹੈ, ਬਰਬਾਦੀਆਂ, ਬਰਬਾਦ ਹੋਏ ਪਏ ਹੈ, ਹੋਰ ਹੋ ਜਾਂਗੇ।